ਨਾ ਉਹਨਾਂ ਉਹਦੀ ਵੀ ਕੋਈ ਨਹੀਂ ਸੁਣੀ ਗਈ। ਐਸਾ ਜੋ ਚਾਰ ਬਦਲੇ ਆ ਸੁਣੀ ਕੋਈ ਨਹੀਂ ਗਈ, ਬੱਚੇ ਨਹੀਂ ਹੋਇਆ, ਉਹ ਬੰਦਾ ਆਇਆ ਨਹੀਂ ਇੱਕ ਵਾਰੀ ਪੇਸ਼ ਨਹੀਂ ਹੋਇਆ ਕਿਤੇ, ਨਾ ਐਸ ਪੀ ਕੋ ਨਾ ਕਿਤੇ ਹੋਰੇ ਗਏ, ਸਾਰੇ ਤਜਰਬੇ ਨਾਕਾਮ ਹੋ ਗਏ। ਠੀਕ ਹੈ, ਅਤੇ ਫਿਰ ਇੱਕ ਬੰਦੇ ਨੇ ਕਿਹਾ ਵੀ ਅੱਛਾ ਇੱਦਾਂ ਕਰ ਵੀ ਹੁਣ ਤੈਨੂੰ ਪੈਸੇ ਲੈ ਦਿੰਦੇ ਹਾਂ। ਕਿਸੇ ਡੇਰਾਦਾਰ ਬੰਦੇ ਕੋਲ ਗਿਆ, ਉਹਨੂੰ ਕਿਹਾ ਵੀ ਇਹ ਪੈਸੇ ਲੈਣ ਤੁਹਾਨੂੰ ਲੈ ਦਿੰਦੀ ਗੱਲ ਹੀ, ਅਗਲੇ ਨਾਲ ਬੰਦਾ ਬੁਲਾ ਲਿਆ, ਅਗਲੇ ਨਾਲ ਪੈਸੇ ਦੇ ਦੁਆਰ 'ਤੇ ਪੈਸੇ ਰੱਖਣਾ ਪੈ। ਹੁਣ ਉਹਦਾ ਬੱਚਾ ਵਾ, ਉਹਦੇ ਵੱਲ ਦੀ ਤਰਬੀਅਤ ਕੀ ਕਰੇਗੀ? ਉਹ ਕਹੇਗਾ ਕਿ ਵੱਲ ਦੀ ਤਰਬੀਅਤ ਸਾਰੀ ਰੋਂਗ ਆ, ਇੱਥੇ ਚੱਲ ਹੀ ਨਹੀਂ ਸਕਦੀ ਪਾਕਿਸਤਾਨ ਦੇ, ਚੱਲ ਹੀ ਨਾ ਮੁਮਕਿਨ ਆ, ਇਹਨੂੰ ਤਾਂ ਫਿਰ ਤਰੀਕਾ ਬਿਹਤਰ। ਉਹਨੇ ਆਪਣੇ ਵਾਲਦ ਨੂੰ ਕਿਹਾ ਜੀ ਬਿਹਤਰ ਇਹ ਆ ਕਿ ਮੈਂ ਵੀ ਕੋਈ ਸਿਆਸੀ ਪਾਰਟੀ ਜੁਆਇਨ ਕਰ ਲਵਾਂ, ਮੈਂ ਵੀ ਕੋਈ ਆਪਣਾ ਇੱਦਾਂ ਦਾ ਕੰਮ ਕਰ ਲਵਾਂ, ਇਹ ਡੇਰਾ ਦਾ ਬਹਿਣਾ ਆਪਣਾ ਸ਼ੁਰੂ ਕਰ ਲਵਾਂ ਲੋਕਾਂ ਦੇ ਨਾਲ, ਜੇ ਕੰਮ ਇਹਨਾਂ ਤੋਂ ਬਗੈਰ ਨਹੀਂ ਚੱਲਣਾ, ਜੇ ਫੈਸਲੇ ਇਹਨਾਂ ਨੇ ਕਰਨੇ, ਜੇ ਇਹ ਰਿਲੀਫ ਦੇ ਸਕਦੇ ਆ ਸਾਨੂੰ, ਸਾਡਾ ਕਾਨੂੰਨ ਨਹੀਂ ਦੇ ਸਕਦਾ, ਦਾਦਾ ਨਹੀਂ ਦੇ ਸਕਦਾ, ਥਾਣਾ ਨਹੀਂ ਦੇ ਸਕਦਾ, ਤਾਂ ਫਿਰ ਸਾਨੂੰ ਇਹਦਾ ਫਾਇਦਾ ਕੀ, ਕੀ ਮਕਸਦ ਕੀ ਹੋਇਆ, ਫਾਇਦਾ ਕੀ ਹੋਇਆ, ਫਿਰ ਟੈਕਸ ਦੀ ਕਿਸ ਗੱਲ ਦਾ ਦਿੰਦੇ, ਬਾਕੀ ਚੀਜ਼ਾਂ ਕਿਸ ਗੱਲ ਦੀਆਂ ਕਰਦੇ। ਇੱਕ ਦਿਲਸ਼ਾਦ ਭਾਈ ਕੁਐਸਚਨ ਤਾਂ ਹੈ ਨਾ, ਅੱਛਾ ਇੱਥੇ ਫਿਰ ਆ ਕੇ ਤੂੰ ਤੁਹਾਡੀ ਜਿਹੜੀ ਤਰਬੀਅਤ ਆ ਨਾ, ਉਹ ਤੁਸੀਂ ਲਾਜਵਾਬ ਹੋ ਜਾਂਦੀ ਆ, ਉਹ ਜਿਹੜਾ ਦੂਸਰੇ ਮਾਮਲੇ ਨਾ ਉਹ ਤੇ ਅਸਰ ਅੰਦਾਜ਼ ਹੋ ਜਾਂਦਾ। ਜੀ ਅਬਦੁਲ ਰੂਫ ਸ਼ਾਹ ਨਬੀਪੁਰੀ ਨਨਕਾਣਾ ਸਾਹਿਬ ਸੇ ਹਮਕੋ ਦੇਖ ਰਹੇ ਹੈਂ, ਸ਼ਾਹਦ ਅਨਵਰ ਸ਼ਿਦਾਦ ਸਾਹਿਬ ਬਿਸਮੱਲਾਪੁਰ ਸੇ ਦੇਖ ਰਹੇ ਹੈਂ, ਇਸ ਵਕਤ ਜਨਾਬ ਤਨਵੀਰ ਬੇਤਾਬ ਸਾਹਿਬ ਔਰ ਜਨਾਬ ਇੰਜੀਨੀਅਰ ਦਿਲਸ਼ਾਦ ਅਖਤਰ ਸਾਹਿਬ ਕੇ ਦਰਮਿਆਨ ਗੁਫਤਗੂ ਹੋ ਰਹੀ ਹੈ ਤਾਲੀਮ ਔਰ ਤਰਬੀਅਤ ਕੇ ਬਾਰੇ ਮੇਂ। ਤਾਲੀਮ ਜ਼ਿਆਦਾ ਜ਼ਰੂਰੀ ਹੈ ਯਾ ਤਰਬੀਅਤ? ਆਸਫ ਜੌਹਰੀ ਸਾਹਿਬ ਵੀ ਹਮੇਂ ਦੇਖ ਰਹੇ ਹੈਂ, ਬਹੁਤ ਬੜੇ ਸ਼ਾਇਰ ਹੈਂ ਔਰ ਬਹੁਤ ਬੜੇ ਖਤੀਬ, ਬਹੁਤ ਬੜੇ ਆਲਮੇ ਦੀਨ। ਜਨਾਬ ਤਨਵੀਰ ਬੇਤਾਬ ਸਾਹਿਬ ਇੰਜੀਨੀਅਰ ਦਿਲਸ਼ਾਦ ਸਾਹਿਬ ਸੇ ਆਪਣੀ ਗੁਫਤਗੂ ਜਾਰੀ ਰੱਖੇ ਤਾਲੀਮ ਔਰ ਤਰਬੀਅਤ ਕੇ ਹਵਾਲੇ ਸੇ। ਦਿਲਸ਼ਾਦ ਸਾਹਿਬ ਜ਼ਰਾ ਬਤਾਈਏ ਵੋ ਜੋ ਅਭੀ ਆਪਨੇ ਬਾਤ ਕੀ ਹੈ ਤਰਬੀਅਤ ਔਰ ਤਾਲੀਮ ਕੇ ਹਵਾਲੇ ਸੇ, ਜਿਸ ਬਜ਼ੁਰਗ ਨੇ ਆਪਕੋ ਇੱਕ ਜੁਮਲਾ ਬੜਾ ਅੱਛਾ ਬਤਾਇਆ ਹੈ ਵੋ ਜ਼ਰਾ ਬਤਾਈਏ ਦੋਸਤੋਂ ਕੋ। ਜੀ ਹੋਈ ਹੈ ਕਿ ਜੋ ਤਰਬੀਅਤ ਹੈ ਨਾ ਜੀ, ਵੋ ਤਾਲੀਮ ਕੀ ਕਮੀ ਕੋ ਕਹਿ ਲੀਜੀਏ ਕਿ ਸ਼ੈਲਟਰ ਕਰਤੀ ਹੈ ਜੀ, ਠੀਕ ਹੈ। ਔਰ ਜੋ ਤਾਲੀਮ ਜੋ ਤਰਬੀਅਤ ਕੀ ਕਮੀ ਹੈ ਨਾ ਜੀ, ਉਹ ਤਾਲੀਮ ਉਸਕੋ ਨਹੀਂ ਢੰਗ ਸਕਤੀ। ਬਿਲਕੁਲ ਸਹੀ ਜੀ। ਇਹ ਇੰਜੀਨੀਅਰ ਦਿਲਸ਼ਾਦ ਅਖਤਰ ਸਾਹਿਬ ਹੈ, ਜ਼ਰੀ ਯੂਨੀਵਰਸਿਟੀ ਫੈਸਲਾਬਾਦ ਕੇ ਸ਼ੋਭਾ ਕੇ ਸਾਥ ਵਿਵਸਥਾ ਹੈ, ਸਿਵਲ ਵਰਕਸ ਡਿਪਾਰਟਮੈਂਟ ਵਗੈਰਾ ਔਰ ਜਿਤਨੀ ਕੰਸਟਰਕਸ਼ਨ ਵਹਾਂ ਪੇ ਹੋਤੀ ਹੈ ਉਸਕੇ ਨਕਸ਼ਾ ਜਾਤ ਬਨਾਤੇ ਹੈਂ। ਯਹ ਸ਼ਾਹਦ ਅਨਵਰ ਸ਼ਹਿਦਾ ਸਾਹਿਬ ਨੇ ਪੁੱਛਾ ਥਾ ਕਿ ਤਨਵੀਰ ਬੇਤਾਬ ਸਾਹਿਬ ਕੇ ਸਾਥ ਜੋ ਦੋਸਤ ਹੈ ਉਨਕਾ ਤਾਰਫ ਕਰਵਾ ਦੇ ਜੀ, ਆਪਸੇ ਹਮ ਸੁਣੇਂਗੇ ਜੀ ਜੀ ਆਪਕੀ ਬਾਤੇਂ ਰੋਜ਼ਨਾਮਾ ਆਵਾਮ ਕੇ ਹਵਾਲੇ ਸੇ।